ਜੀ ਹੁਣ ਦੱਸੋ ਕੀ ਹੋਇਆ? ਇਹ ਜੀ ਬਾਲੇ ਦੋ ਲੱਗ ਪਏਗਾ ਤੇ ਦੂਜੇ ਤੈਲੇ ਵੀ ਉਹਦਾ ਤਿਆਰ ਆ। ਜਾਨ ਬਚ ਗਈ ਆ? ਜਾਨ ਬਚ ਗਈ, ਰਾਤੇ ਮੈਂ ਰੋਟੀ ਖਾਣ ਲਿਆ ਸੀ, ਉਹ ਪੱਖੇ ਨੂੰ ਵੱਜਾ ਉਹ 'ਚ ਖੰਭ 'ਚ ਅਤੇ ਤਾਂ ਪਰ ਇਹਨੂੰ ਲਿਆ ਬਾਲਾ, ਨਹੀਂ ਤਾਂ ਸਿੱਧਾ ਮੇਰੇ ਸੈਲੂ ਕੋਲ ਲੱਗਾ। ਮੇਰੇ ਤਿੰਨ ਬਾਲੇ ਉਹ ਵੀ ਡਿੱਗਣ ਵਾਲੇ ਆ, ਉਹ ਸਾਹਮਣੇ ਜਿਹਦੇ ਪੈਰ ਡਿੱਗਣ ਵਾਲੇ ਥੱਲੇ ਉਧਰੇ ਪਏ ਸਾਰੇ। ਤੇ ਜਿੱਦਾਂ ਦਾ ਹੁਣ ਮੌਸਮ ਬਾਹਰ ਬੱਦਲਵਾਈ ਚੱਲਣ ਡਈ ਆ, ਬੱਦਲਵਾਈ ਦਾ ਕਰਕੇ ਸਾਨੂੰ ਪੂਰਾ ਡਰ ਰਿਹਾ ਇਸ ਵਾਰ। ਵੱਧ ਤੋਂ ਵੱਧ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰੋ ਜੋ ਕਿ ਸਰਕਾਰਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਇਸ ਪਰਿਵਾਰ ਦੀ ਹੈਲਪ ਹੋ ਜਾਵੇ। ਇਹ ਪਰਿਵਾਰ ਪਿੰਡ ਖੈੜਾ ਦੋਨਾਂ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਆ ਅਤੇ ਇਸ ਪਰਿਵਾਰ ਦੇ ਵਿੱਚ ਕਮਾਉਣ ਵਾਲੀ ਸਿਰਫ ਇਹਨਾਂ ਦੀ ਜਨਾਨੀ ਆ ਅਤੇ ਯਾਨੀ ਇਹ ਬੰਦਾ ਆਪ ਨਹੀਂ ਕੰਮ ਕਰਦਾ ਕਿਉਂਕਿ ਇਹਦੇ ਲਾਤੇ ਸੱਟ ਲੱਗੀ ਬੜੇ ਚਿਰ ਤੋਂ ਅਤੇ ਕੰਮਕਾਰ ਨਹੀਂ ਹੁੰਦਾ ਇਹਨਾਂ ਦੇ ਕੋਲੋਂ ਕੋਈ ਵੀ ਅਤੇ ਇਸ ਕਰਕੇ ਘਰੇ ਰਹਿੰਦੇ ਆ ਅਤੇ ਹੁਣ ਘਰ ਦੀ ਹਾਲਤ ਮਜਬੂਰੀ ਦੇ ਵਿੱਚ ਬਹੁਤ ਜ਼ਿਆਦਾ ਫਸੇ ਹੋਏ ਆ ਕਿਉਂਕਿ ਇੱਕੋ ਹੀ ਕਮਰਾ ਇਹਨਾਂ ਦੇ ਕੋਲ ਆ ਅਤੇ ਉਸੇ ਕਮਰੇ ਦੇ ਵਿੱਚ ਬੈੱਡ, ਉਸੇ ਕਮਰੇ 'ਚ ਰਸੋਈ ਆ, ਉੱਥੇ ਸੌਂਦੇ ਆ ਅਤੇ ਹੁਣ ਜਿੱਦਾਂ ਦੇ ਮੌਸਮ ਚੱਲਦੇ ਆ ਮੀਂਹ ਕਣੀ ਅਤੇ ਇਹ ਨਾ ਹੋਵੇ ਵੀ ਛੱਤ ਸੁੱਤੇ ਪਏ ਡਿੱਗ ਪਏ ਉੱਤੇ ਅਤੇ ਸਵੇਰ ਨੂੰ ਵਿਚਾਰੇ ਬਚਣੀ ਨਾ ਅਤੇ ਇਸ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਅਤੇ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰੋ ਕਿਉਂਕਿ ਆਪਾਂ ਉੱਦਾਂ ਹੀ ਬਹੁਤ ਵੀਡੀਓ ਸ਼ੇਅਰ ਕਰਦੇ ਹਾਂ ਪਰ ਇਸ ਪਰਿਵਾਰ ਦੀ ਵੀਡੀਓ ਸ਼ੇਅਰ ਕਰਕੇ ਸਰਕਾਰਾਂ ਤੱਕ ਪਹੁੰਚਾ ਦਿਉ ਅਤੇ ਜੋ ਕਿ ਇਸ ਪਰਿਵਾਰ ਦੀ ਹੈਲਪ ਹੋ ਜਾਵੇ ਜੀ। ਆਹ ਦੇਖੋ ਜੀ ਬਲ ਦੀ ਹਾਲਾਤ ਆ, ਜਿਹੜਾ ਬਲ ਆ ਕਿ ਨਹੀਂ ਅਤੇ ਦੇਖੋ ਸਾਰੇ ਗਲੇ ਪਏ ਆ ਅਤੇ ਇਹ ਅੱਜ ਨਹੀਂ ਤਾਂ ਭਲਕੇ ਮਿਲਾ ਦਾ ਸਾਰੇ ਡੈਪਣੇ ਦਾ ਮਿੱਟੀ ਅੰਦਰ ਬਣੀ ਜਾਂਦੀ, ਲੱਕੜ ਇੰਨੀ ਕੁ ਕਮਜ਼ੋਰ ਹੋ ਚੁੱਕੀ ਆ ਅਤੇ ਆਹ ਦੇਖ ਲਓ ਤੁਸੀਂ ਆਹ ਆ ਬਾਲੇ ਜਿਹੜੇ ਛੱਤ ਦੇ ਉੱਤੇ ਪਾਏ ਹੋਏ ਸਾਰੇ, ਠੀਕ ਆ ਜੀ। ਇਹ ਡਿੱਗਾ ਬਾਲਾ ਟੁੱਟ ਗਈ ਅਤੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਦਿਖਾ ਰਿਹਾ ਵੀ ਸਾਰੇ ਜਣੇ ਭੈਣ ਭਰਾ ਦੇਖ ਲਓ ਵੀ ਬਹੁਤ ਮਜ਼ਬੂਰ ਪਰਿਵਾਰ ਆ ਸੀਗਾ। ਹਾਂਜੀ ਜੀ, ਇੱਦਾਂ ਹੋ ਗਈ, ਮੈਂ ਰੋਟੀ ਖਾਂਦਾ ਸੀ ਥੱਲੇ ਮਹਾਰਾਜ ਅਤੇ ਰੋਟੀ ਖਾਂਦਿਆਂ ਖਾਂਦਿਆਂ ਨਾ ਉਹ ਬਾਲਾ ਜੋ ਦੋ ਵਾਰੀ ਥੱਲੇ ਨੂੰ ਆਇਆ ਖਿਆਲ ਨਹੀਂ ਕੀਤਾ, ਉਹ ਫਿਰ ਜਦੋਂ ਬਾਲਾ ਆ ਕੇ ਡਿੱਗਾ ਨਾ ਉਹ ਪੱਖੇ ਦੇ ਵੱਜਣ ਦੇ ਵਿੱਚ ਪਰੇ ਹੋ ਗਿਆ। ਅੱਛਾ, ਮੇਰੇ ਨਾਲ ਇੱਟ ਵੀ ਅਤੇ ਬਾਲਾ ਵੀ ਮੇਰੇ ਸਿਰ 'ਚ ਆਉਣਾ ਸੀ, ਰੋਟੀ ਮੈਂ ਖਾਣ ਡਿਆ ਸੀ। ਅੱਛਾ, ਹਾਂਜੀ, ਬਚਾਅ ਹੋ ਗਿਆ, ਬਚਾਅ ਹੋ ਗਿਆ ਜੀ, ਸੈਲੂ ਪਟਲੋਂ ਬਚਾਅ ਹੋ ਗਿਆ ਅਤੇ ਰਾਤੀ ਪੈ ਵੀ ਅਸੀਂ ਪਰਲੇ ਬੰਨੇ ਇੱਟਾਂ ਦਾ ਕਰਕੇ, ਇੱਟਾਂ ਬਾਅਦ 'ਚ ਅੱਧੀ ਰਾਤ ਵੀ ਦੋ ਤਿੰਨ ਡਿੱਗੀਆਂ ਆ, ਹਜੇ ਤੱਕ ਡਿੱਗੀਆਂ ਵੀ ਜਾਂਦੀਆਂ ਅਤੇ ਡਿੱਗੀ ਜਾਣੀ ਹੁਣ ਮੀਂਹ ਉੱਤੇ ਫਿਰ ਮੌਸਮ ਖਰਾਬ, ਸਾਰੇ ਜ਼ਿਆਦਾ ਖਰਾਬ ਹੋ ਗਿਆ ਅਤੇ ਸਾਰਾ ਚੋਣਾ ਵੀ ਆ। ਪਿੰਡ ਖੈੜਾ ਦੋਨਾਂ ਜ਼ਿਲ੍ਹਾ ਕਪੂਰਥਲੇ ਤੋਂ ਬੋਲਦੇ ਜੀ, ਸਰਕਾਰਾਂ ਅੱਗੇ ਆਵਾਜ਼ ਪਹੁੰਚਾ ਦਿਓ ਅਤੇ ਹੁਣ ਮੀਂਹ ਦਾ ਮੌਸਮ ਫਿਰ ਹੋਇਆ ਪਿਆ ਉੱਪਰ ਅਤੇ ਬੱਦਲ ਪੂਰੇ ਛਾਏ ਹੋਏ ਆ ਅਤੇ ਬਹੁਤ ਗਰੀਬ ਲੋੜਵੰਦ ਪਰਿਵਾਰ ਆ, ਜੇ ਕੋਈ ਹੈਲਪ ਭੈਣ ਭਰਾ ਕਰਨਾ ਚਾਹੁੰਦਾ ਕਰੇ, ਹੈਲਪ ਇਹਨਾਂ ਦੀ ਇੱਦਾਂ ਕਰੋ ਸਰਕਾਰਾਂ ਤੱਕ ਵੀਡੀਓ ਪਹੁੰਚਾ ਦਿਓ ਅਤੇ ਜੇ ਉੱਦਾਂ ਵੀ ਕੋਈ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤਾਂ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।